ਇੱਕ ਭਰਾ ਨੇ ਆਪਣੀ ਭੈਣ ਦੇ ਵਿਆਹ ਤੇ ਦਿੱਤਾ ਸਭ ਤੋਂ ਖੂਬਸੂਰਤ ਤੋਹਫਾ ਤੋਹਫੇ ਨੂੰ ਦੇਖਦੇ ਸਾਰ ਹੀ ਸਾਰਾ ਪਰਿਵਾਰ ਉੱਚੀ ਉੱਚੀ ਲੱਗਾ ਰੋ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਹੈ। ਇਸ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਸਭ ਲੋਕ ਖੜੇ ਹੋ ਕੇ ਇੱਕ ਦੂਸਰੇ ਦੇ ਗੱਲ ਨਾਲ ਲੱ ਕੇ ਰੋ ਰਹੇ ਨੇ। ਪਰ ਆਖਿਰਕਾਰ ਇਹਨਾਂ ਲੋਕਾਂ ਦੇ ਰੋਣ ਦਾ ਕੀ ਕਾਰਨ ਹੈ? ਤੇ ਤੁਹਾਨੂੰ ਦੱਸ ਦਈਏ ਕਿ ਇਹ ਵਿਆਹ ਦਾ ਸਮਾਗਮ ਇੱਕ ਲੜਕੀ ਦਾ ਵਿਆਹ ਹੈ। ਇਸ ਵਿਆਹ ਦੇ ਮੌਕੇ ਭਰਾ ਨੇ ਆਪਣੀ ਭੈਣ ਨੂੰ ਦੁਨੀਆ ਦਾ ਸਭ ਤੋਂ ਖੂਬਸੂਰਤ ਤੋਹਫ਼ਾ ਦਿੱਤਾ ਹੈ। ਅਸੀਂ ਅੱਜ ਤੱਕ ਸੁਣਿਆ ਹੈ ਕਿ ਭਰਾਵਾਂ ਦੇ ਵੱਲੋਂ ਆਪਣੀਆਂ ਭੈਣਾਂ ਨੂੰ ਕਈ ਕੁਝ ਤੋਹਫ਼ੇ ਦਿੱਤੇ ਜਾਂਦੇ ਨੇ। ਪਰ ਇੱਕ ਭਰਾ ਐਸਾ ਵੀ ਹੈ ਜਿਸਨੇ ਮੈਂ ਆਪਣੀ ਭੈਣ ਨੂੰ ਦੁਨੀਆ ਦਾ ਸਭ ਤੋਂ ਖੂਬਸੂਰਤ ਤੋਹਫ਼ਾ ਉਸਦੇ ਵਿਆਹ ਵਾਲੇ ਦਿਨ ਦਿੱਤਾ ਜਿਸ ਤੋਂ ਬਾਅਦ ਪੂਰੇ ਪਰਿਵਾਰ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਅਸਲ ਦੇ ਵਿੱਚ ਇੱਕ ਪਰਿਵਾਰ ਜੋ ਕਿ ਆਪਣੀ ਧੀ ਦੇ ਵਿਆਹ ਦੇ ਪ੍ਰੋਗਰਾਮ ਤੇ ਗਿਆ ਹੋਇਆ ਸੀ ਉੱਥੇ ਪ੍ਰਾਨੇ ਆਪਣੀ ਭੈਣ ਨੂੰ ਤੋਹਫ਼ਾ ਇਸ ਤਰ੍ਹਾਂ ਦਿੱਤਾ ਕਿ ਤੋਹਫ਼ੇ ਨੂੰ ਵੇਖ ਕੇ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਪਿਆਰ ਇੱਕ ਧੀ ਨੂੰ ਕੋਈ ਕਰਦਾ ਹੈ ਤੇ ਉਹ ਉਸ ਧੀ ਦਾ ਪਿਓ ਹੁੰਦਾ ਹੈ ਤੇ ਪਿਓ ਤੋਂ ਵੱਧ ਕੋਈ ਵੀ ਆਪਣੀ ਧੀ ਨੂੰ ਪਿਆਰ ਨਹੀਂ ਕਰ ਸਕਦਾ ਪਿਓ ਦੀ ਮੌਤ ਤੋਂ ਬਾਅਦ ਧੀ ਦੀ ਤਾਂ ਸਾਰੀ ਦੁਨੀਆ ਹੀ ਉੱਜੜ ਜਾਂਦੀ ਹੈ ਪਰ ਇਸ ਧੀ ਨੂੰ ਉਸਦੇ ਪਿਤਾ ਨੇ ਇੱਕ ਬੇहद ਖੂਬਸੂਰਤ ਤੋਹਫ਼ਾ ਦਿੱਤਾ ਤੁਸੀਂ ਦੇਖ ਰਹੇ ਹੋ ਕਿ ਵੀਲ ਚੇਅਰ ਤੇ ਬੈਠਾ ਇੱਕ ਵਿਅਕਤੀ ਇਹ ਕੋਈ ਵਿਅਕਤੀ ਨਹੀਂ ਹੈ ਬਲਕਿ ਇਹ ਇੱਕ ਪੁਤਲਾ ਹੈ ਇਹ ਪੁਤਲਾ ਇਸ ਲੜਕੀ ਦੇ ਪਿਤਾ ਦਾ ਹੈ ਜਿਸਦੀ ਕੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਜਦ ਵਿਆਹ ਚ ਮੌਜੂਦ ਸਾਰੇ ਰਿਸ਼ਤੇਦਾਰਾਂ ਨੇ व्हीलचेयर ਤੇ ਬੈਠੇ ਇਸ ਵਿਅਕਤੀ ਨੂੰ ਵੇਖਿਆ ਤੇ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ ਖਾਸ ਕਰਕੇ ਜਸਤੀ ਦਾ ਵਿਆਹ ਸੀ ਉਸ ਦੀ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਰੁਕੇ ਉਹ ਦੌੜੀ ਹੋਈ व्हीलचेयर ਦੇ ਕੋਲ ਗਈ ਉੱਥੇ ਜਾ ਕੇ ਉਸ ਨੇ ਆਪਣੇ ਪਿਤਾ ਦੇ ਬੁੱਤ ਨੂੰ ਵੇਖਿਆ ਤੇ ਉੱਚੀ ਉੱਚੀ ਰੋਣ ਲੱਗ ਗਈ ਦੇਖੋ ਕਿੰਨੀ ਖੂਬਸੂਰਤੀ ਦੇ ਨਾਲ ਇਸਤੀ ਨੇ ਆਪਣੇ ਪਿਤਾ ਦੇ ਬੁੱਤ ਨੂੰ ਗਲ ਦੇ ਨਾਲ ਲਗਾਇਆ ਇਸਤੀ ਦੀ ਮਾਂ ਦੇ ਵੀ ਅੱਖਾਂ ਦੇ ਵਿੱਚ ਹੰਝੂ ਆਏ ਹੋਏ ਨੇ ਕਿਸ ਤਰ੍ਹਾਂ ਪੂਰਾ ਪਰਿਵਾਰ ਰੋ ਰਿਹਾ ਇੱਕ ਤੀਦੇ ਲਈ ਸਭ ਤੋਂ ਖੂਬਸੂਰਤ ਤੋਹਫਾ ਹੈ ਕਿ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਉਸਦੇ ਪ੍ਰਾਣੇ ਵਿਆਹ ਦੇ ਮੌਕੇ ਉਸ ਨੂੰ ਆਪਣੇ ਪਿਤਾ ਦਾ ਬੁੱਤ ਗਿਫਟ ਦੇ ਵਿੱਚ ਦਿੱਤਾ ਹੈ ਕਹਿੰਦੇ ਨੇ ਕਿ ਧੀਆ ਆਪਣੇ ਪਿਓ ਦੀਆਂ ਲਾਡਲੀਆਂ ਹੁੰਦੀ ਹੈ ਤੇ ਲਾਡਲੀ ਧੀ ਜਿਸਦੇ ਪਿਓ ਦਾ ਕੁਝ ਸਮਾਂ ਪਹਿਲਾਂ ਦੇਹਾਂਤ ਹੋ ਗਿਆ ਪਿਤਾ ਦੀ ਮੌਤ ਤੋਂ ਬਾਅਦ ਇਹ ਆਪਣੇ ਆਪ ਨੂੰ ਕਾਫੀ ਇਕੱਲਾ ਮਹਿਸੂਸ ਕਰਦੀ ਸੀ ਜਦ ਇਸਦਾ ਵਿਆਹ ਰੱਖਿਆ ਗਿਆ ਕਹਿੰਦੇ ਨੇ ਕਿ ਉਸ ਵੇਲੇ ਵੀ ਇਹ ਕਾਫੀ ਜ਼ਿਆਦਾ ਉਦਾਸ ਸੀ ਕਿਉਂਕਿ ਇਸ ਦੇ ਪਿਤਾ ਦੁਨੀਆ ਤੇ ਨਹੀਂ ਹੈ ਜੇਕਰ ਉਹ ਹੁੰਦੇ ਤੇ ਉਹਨਾਂ ਨੇ ਬੜੇ ਹੀ ਲਾਡਾ ਚਾਵਾਂ ਦੇ ਨਾਲ ਆਪਣੀ ਲਾਡਲੀ ਤੀ ਦਾ ਵਿਆਹ ਕਰਨਾ ਸੀ ਪਰ ਜਿਸ ਦਿਨ ਇਸਤੀ ਦਾ ਵਿਆਹ ਰੱਖਿਆ ਗਿਆ ਇਸਤੀ ਦੇ ਭਰਾ ਦੇ ਵੱਲੋਂ ਉਸ ਨੂੰ ਇੱਕ ਸਰਪ੍ਰਾਈਜ਼ ਗਿਫਟ ਦਿੱਤਾ ਗਿਆ ਤੇ ਇਸ ਤੋਹਫੇ ਦੇ ਰੂਪ ਦੇ ਵਿੱਚ ਉਸ ਨੇ ਆਪਣੇ ਪਿਤਾ ਦਾ ਬੁੱਤ ਬਣਵਾ ਕੇ ਆਪਣੀ ਭੈਣ ਨੂੰ ਤਹਫੇ ਦੇ ਰੂਪ ਦੇ ਵਿੱਚ ਦਿੱਤਾ ਜਿਸ ਤੋਂ ਬਾਅਦ ਜਦ ਵਿਆਹ ਦੇ ਸਮਾਗਮ ਦੇ ਵਿੱਚ ਮੌਜੂਦ ਸਭ ਲੋਕਾਂ ਨੇ ਇਹ ਬੁੱਤ ਵੇਖਿਆ ਤੇ ਸਭ ਦੀਆਂ ਅੱਖਾਂ ਦੇ ਵਿੱਚ ਹੰਝੂ ਨਿਕਲ ਆਏ ਸੋਸ਼ਲ ਮੀਡੀਆ ਤੇ ਇਹ ਵੀਡੀਓ ਇੰਨੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕਿ ਲੋਕ ਵੇਖ ਕੇ ਕਾਫੀ ਜ਼ਿਆਦਾ ਭਾਵੁਕ ਹੋ ਜਾਂਦੇ ਨੇ ਤੇ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਹੈ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਤੇ ਨਾਲ ਹੀ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਕਿ ਹੋਰ ਲੋਕਾਂ ਤੱਕ ਇਹ ਵੀਡੀਓ ਪਹੁੰਚੇ ਉਹਨਾਂ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਇੱਕ ਪਰਿਵਾਰ ਦੇ ਵਿੱਚ ਆਪਣੀ ਭੈਣ ਨੂੰ ਇੱਕ ਪੁਰਾਣੀ ਦੁਨੀਆ ਦਾ ਸਭ ਤੋਂ ਖੂਬਸੂਰਤ ਤੋਹਫਾ ਦਿੱਤਾ ਇਸ ਦੇ ਨਾਲ ਹੀ ਵੀਡੀਓ ਨੂੰ ਸ਼ੇਅਰ ਕਰਕੇ ਸਾਡੇ ਚੈਨਲ ਦੇ ਨਾਲ ਬਣੇ ਰਹੋ